ਅਜੇ ਮੈਂ ਬਿਲਕੁਲ ਠੰਡਾ ਠੰਡਾ ਅਤੇ ਕੋਫਤਿਆਂ ਵਾਲਾ ਰਾਇਤਾ ਬਣਾਉਣ ਲੱਗੀ ਹਾਂ ਜੀ, ਅਤੇ ਇਸ ਤਰੀਕੇ ਨਾਲ ਬਣਾਵਾਂਗੇ। ਵੀਡੀਓ ਨੂੰ ਐਂਡ ਤੱਕ ਦੇਖਿਓ ਜੀ। ਅਤੇ ਹੁਣ ਆਪਾਂ ਪਹਿਲਾਂ ਪਿਆਜ਼ ਅਤੇ ਲਸਣ ਬਿਲਕੁਲ ਬਰੀਕ ਕਰ ਲੈਂਦੇ ਚੋਪਰ ਦੇ ਵਿੱਚ ਪਾ ਕੇ, ਅਤੇ ਆਪਣੇ ਹੁਣ ਬਰੀਕ ਹੋ ਚੁੱਕੇ ਹੈ। ਅਤੇ ਹੁਣ ਆਪਾਂ ਇਹਨੂੰ ਵਿੱਚੋਂ ਕੱਢ ਦਿੰਦੇ ਜੀ ਕਟਰ, ਅਤੇ ਆਪਾਂ ਦੋ ਤਿੰਨ ਚਮਚੇ ਰੱਖ ਲੈਂਦੇ ਹਾਂ ਅੱਡ ਪਲੇਟ ਦੇ ਵਿੱਚ। ਅਤੇ ਹੁਣ ਆਪਾਂ ਇੱਧਰ ਕੋਫਤੇ ਬਣੇ ਹੈ ਜੀ ਆਪਣੇ, ਇਹੋ ਜਿਹੇ ਇਸ ਤਰ੍ਹਾਂ ਕੱਦੂ ਦੇ ਕੋਫਤੇ ਬਣਾਏ ਸੀ ਆਪਾਂ, ਅਤੇ ਇਹਨਾਂ ਨੂੰ ਛੋਟੇ ਛੋਟੇ ਕਰ ਲੈਂਦੇ ਹਾਂ। ਇਹ ਵੀ ਆਪਾਂ ਪਾ ਲਾਂਗੇ ਵਿੱਚ। ਅਤੇ ਹੁਣ ਫਰਾਈ ਪੈਨ ਰੱਖ ਲਿਆ ਜੀ ਆਪਾਂ ਗੈਸ ਦੇ ਉੱਪਰ, ਅਤੇ ਹੁਣ ਵਿੱਚ ਪਾ ਲੈਂਦੇ ਜੀ ਆਪਾਂ ਘਿਓ, ਅਤੇ ਵਿੱਚ ਆਪਾਂ ਹੁਣ ਪਾ ਲੈਂਦੇ ਜੀ ਜੀਰਾ। ਜੀਰਾ ਪਾ ਕੇ ਭੁੰਨ ਲੈਂਦੇ ਹਾਂ, ਆਪਾਂ ਤਵੇ 'ਤੇ ਵੀ ਭੁੰਨ ਕੇ ਪਾ ਸਕਦੇ ਹਾਂ, ਪਰ ਮੈਂ ਘਿਓ 'ਚ ਭੁੰਨ ਲਿਆ ਇਹ ਜੀਰਾ। ਅਤੇ ਵਿੱਚ ਆਪਾਂ ਹੁਣ ਪਾ ਲੈਂਦੇ ਹਾਂ ਸਾਰਾ ਪਿਆਜ਼ ਵਗੈਰਾ ਸਾਰਾ ਸਮਾਨ, ਅਤੇ ਇਹਨੂੰ ਆਪਾਂ ਭੁੰਨਦੇ ਹਾਂ। ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ, ਐਂਡ ਤੱਕ ਦੇਖਿਆ ਕਰੋ, ਅਤੇ ਸਾਡਾ ਸਾਥ ਜ਼ਰੂਰ ਦਿਆ ਕਰੋ ਜੀ। ਅਤੇ ਵਿੱਚ ਆਪਾਂ ਹੁਣ ਪਾ ਲੈਂਦੇ ਹਾਂ ਜੀ ਨਮਕ, ਅਤੇ ਨਮਕ ਨਾਲ ਜਲਦੀ ਨਰਮ ਹੋ ਜਾਣਗੇ ਪਿਆਜ਼ ਲਸਣ। ਅਤੇ ਹੁਣ ਆਪਾਂ ਵਿੱਚ ਪਾ ਲੈਂਦੇ ਹਾਂ ਆਪਣੇ ਨਰਮ ਹੋ ਚੁੱਕੇ ਹੈ, ਅਤੇ ਥੋੜ੍ਹੀ ਜਿਹੀ ਮਿਰਚ ਲਾਲ ਮਿਰਚ ਪਾਵਾਂਗੇ ਵਿੱਚ ਆਪਾਂ, ਅਤੇ ਥੋੜ੍ਹਾ ਜਿਹਾ ਆਪਾਂ ਪਾਵਾਂਗੇ ਬਿਲਕੁਲ ਥੋੜ੍ਹੀ ਜਿਹੀ, ਤਾਂ ਆਪਾਂ ਪਾਵਾਂਗੇ ਵਿੱਚ ਹਲਦੀ। ਅਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਹੋਰ ਭੁੰਨ ਲੈਂਦੇ ਹਾਂ, ਅਤੇ ਇਹਨੂੰ ਰੱਖ ਦਿੰਦੇ ਹਾਂ ਜੀ ਹੁਣ ਆਪਾਂ ਲਾਹ ਕੇ ਠੰਡਾ ਹੋਣ ਵਾਸਤੇ ਤਿਆਰ ਬਣਾ ਇਹ ਮਸਾਲਾ। ਅਤੇ ਇੱਧਰ ਆਪਾਂ ਹੁਣ ਦਹੀਂ ਪਾ ਲੈਂਦੇ ਹਾਂ ਇੱਕ ਟੋਪੀਏ ਦੇ ਵਿੱਚ, ਚੁਲੀ ਬਿਸਕਰ ਦੇ ਨਾਲ ਸਾਰਾ ਇਹਦੀ ਫੁੱਟ ਜੇ ਜਿਹੜੇ ਮਾਰ ਦਿੰਦੇ ਹਾਂ ਬਿਲਕੁਲ ਦਹੀਂ ਨੂੰ, ਇਹ ਆਪਾਂ ਵਧੀਆ ਬਣਾ ਲੈਂਦੇ ਹਾਂ। ਅਤੇ ਆਪਣਾ ਹੁਣ ਵਧੀਆ ਹੋ ਚੁੱਕੇ, ਅਤੇ ਵਿੱਚ ਆਪਣਾ ਮਸਾਲਾ ਵੀ ਠੰਡਾ ਹੋ ਗਿਆ, ਵਿੱਚ ਪਾ ਦਿੰਦੇ ਹਾਂ ਇਹਨੂੰ, ਅਤੇ ਇਹ ਵੀ ਆਪਣਾ ਹੁਣ ਵਿੱਚ ਮਿਕਸ ਕਰ ਦਿੰਦੇ ਹਾਂ। ਅਤੇ ਆਪਣਾ ਇਹ ਹੁਣ ਵਧੀਆ ਮਿਕਸ ਹੋ ਚੁੱਕਿਆ, ਵਿੱਚ ਆਪਾਂ ਹੁਣ ਪਾ ਦਿੰਦੇ ਹਾਂ ਜੀ ਪਿਆਜ਼। ਪਿਆਜ਼ ਨਾਲ ਬਹੁਤ ਵਧੀਆ ਟੇਸਟ ਬਣਦਾ ਕੱਚੇ ਪਿਆਜ਼ ਵਿੱਚ ਪਾ ਕੇ, ਅਤੇ ਬਿਲਕੁਲ ਬਰੀਕ ਕੀਤੇ ਹੋਏ ਆ। ਅਤੇ ਹੁਣ ਆਪਾਂ ਵਿੱਚ ਪਾ ਦਿੰਦੇ ਹਾਂ ਜੀ ਇਹਦੇ ਛੋਟੇ ਛੋਟੇ ਕੀਤੇ ਹੋਏ ਜਿਹੜੇ ਕੋਫਤੇ ਸੀਗੇ, ਅਤੇ ਵਿੱਚ ਪਾ ਕੇ ਅਤੇ ਇਹਨੂੰ ਫਿਰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆਪਾਂ ਹੁਣ। ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ, ਕਮੈਂਟ ਕਰਕੇ ਵੀ ਦੱਸਿਆ ਕਰੋ। ਅਤੇ ਹੁਣ ਵਿੱਚ ਪਾ ਦਈਏ ਜੀ ਆਪਾਂ ਬਰਫ, ਅਤੇ ਬਿਲਕੁਲ ਇਹਦੇ ਨਾਲ ਠੰਡਾ ਠੰਡਾ ਰਾਇਤਾ ਆਪਣਾ ਗਰਮੀਆਂ ਦੇ ਵਿੱਚ ਬਣ ਕੇ ਅਤੇ ਤਿਆਰ ਹੋਇਆ। ਅਤੇ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ, ਅਤੇ ਅੱਗੇ ਵੀ ਸ਼ੇਅਰ ਜ਼ਰੂਰ ਕਰਿਆ ਕਰੋ, ਸਾਡਾ ਹੌਸਲਾ ਵਧੇ। ਅਤੇ ਜਿਹੜੇ ਨਵੇਂ ਆਏ ਜ਼ਰੂਰ ਸਬਸਕ੍ਰਾਈਬ ਕਰਿਓ ਜੀ, ਅਤੇ ਜਿਹੜੇ ਪਹਿਲਾਂ